ਜਿਹੜਾ ਚਲਾ ਰਿਹਾ ਸੀ ਤੁਹਾਡਾ ਰਿਸ਼ਤੇਦਾਰ ਆਮ ਬੇਟਾ, ਮੇਰਾ ਬੇਟਾ 6 ਮਹੀਨਿਆਂ ਦੀ ਇਹਦੀ ਬੇਟੀ ਹੈ, ਉਹਦੇ ਲਈ ਦਵਾਈ ਲੈਣ ਵਾਸਤੇ ਘਰੋਂ ਚੱਲਿਆ ਹੈ। ਇਹਨੇ ਜਾਣਾ ਸੀ ਭਜਨਾ ਯਾਤਰਾ, ਇੱਥੋਂ ਕ੍ਰੋਸ ਕਰਕੇ 9:30 ਵਜੇ ਮੈਨੂੰ ਟੈਲੀਫੋਨ ਆਇਆ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ। ਮੈਂ ਇੱਥੇ ਪਹੁੰਚਿਆ ਸਰ, ਤੁਸੀਂ 15 ਮਿੰਟਾਂ ਤੋਂ ਬਾਅਦ ਨਹੀਂ ਆਉਂਦੇ, ਵੱਧ ਤੋਂ ਵੱਧ ਇੱਥੇ ਆ ਕੇ ਜੋ ਮੈਂ ਦੇਖਿਆ ਪੁਲਿਸ ਵਾਲੇ ਖੜੇ ਸੀ, ਉਹ ਕਹਿੰਦੇ ਮੈਂ ਕਿਹਾ ਹੋਇਆ ਕਿੱਦਾਂ, ਉਹ ਕਹਿੰਦੇ ਜੇ ਰੋਂਗ ਸਾਈਡ ਤੋਂ ਆ ਰਿਹਾ। ਉਹਨਾਂ ਭਲੇ ਮਾਰਤਾ ਨੂੰ ਇਹ ਪੁੱਛੇ, ਜਿਸ ਬਜ਼ੁਰਗ ਦਾ ਸਾਰੀ ਦੁਨੀਆ ਲੁੱਟ ਗਈ ਉਹ ਇਸ ਕਰਕੇ ਉਹ ਝੂਠ ਬੋਲ ਰਹੇ ਆ। ਪਹਿਲਾਂ ਮੇਰੀ ਗੱਲ ਸੁਣੀ, ਉਹ ਸਿਰਫ ਪੈਸੇ ਦੀ ਖਾਤਰ ਮੇਰੇ ਬੇਟੇ ਦੀ ਲਾਸ਼ ਨੂੰ ਵੇਚ ਰਹੇ ਆ। ਇੱਥੋਂ ਖਿੱਚ ਕੇ ਲਿਆਇਆ ਮੇਰਾ ਬੇਟਾ, 25 ਸਾਲ ਹੋ ਗਏ ਇਹਨੂੰ ਬੁਲਟ ਚਲਾ ਦੇ ਨੂੰ, 25 ਸਾਲਾਂ ਜਦ ਤੱਕ ਫੌਜ ਨਹੀਂ ਸੀ ਲੱਗੀ। ਇਹ ਬੱਸ ਵਾਲਾ ਜਿਹੜਾ ਉੱਥੋਂ ਲਿਆ ਘੜੀਸ ਕੇ, ਕਿਉਂਕਿ ਉਹ ਇਹ ਕਹਿੰਦੇ ਆ ਇਹ ਰੋਂਗ ਸਾਈਡ ਤੋਂ ਆ ਰਿਹਾ ਸੀ। ਕਿਹੜੀ ਰੋਂਗ ਸਾਈਡ ਤੋਂ ਆ ਰਿਹਾ ਸੀ ਮੈਨੂੰ ਦੱਸੋ। 15 ਮਿੰਟ ਇਹਨਾਂ ਨੂੰ